ਹਾਂਜੀ ਦੋਸਤੋ, ਅੱਜ ਅਸੀਂ ਆ ਬੱਸ ਦੀ ਟਿਕਟ ਲੈਣ ਆਏ ਸੀਗੇ। ਇਹ ਬਾਬਲਿਆਂ ਦੀ ਬੱਸਾਂ ਦੱਸ ਰਹੇ ਨੇ ਬੰਦੇ, ਆਹ ਬੰਦੇ ਨੇ ਜੀ ਮੇਰੇ ਉੱਪਰ ਹੱਥ ਚੱਕਿਆ ਆ। ਇਹ ਕਹਿੰਦੇ ਬਾਬਲਿਆਂ ਦੀ ਬੱਸਾਂ ਜੋ ਕਰਨਾ ਕਰਨਾ, ਅਸੀਂ ਬਦਮਾਸ਼ੀ ਕਰਾਂਗੇ ਸ਼ਰੇਆਮ। ਆਹ ਬੰਦੇ ਇਹਨਾਂ ਦੀ ਜਿਹੜਾ ਟਿਕਟਾਂ ਦੇ ਰਹੇ ਆ, ਜਿਹੜੀ ਸਵਾਰੀ ਬਾਅਦ ਵਿੱਚ ਆਈ ਆ ਕਿਉਂਕਿ ਉਹ ਕੁੜੀ ਸੀਗੀ, ਕੁਮਾਰੀ ਕੱਲੀ ਆਈ ਸੀ, ਉਹਨੂੰ ਇਹਨਾਂ ਨੇ ਸੀਟ ਦਿੱਤੀ ਆ। ਮੈਂ ਆਪਣੀ ਭੈਣ ਨੇ ਟਿਕਟ ਲੈਣ ਆਇਆ ਸੀ, ਸੀਟ ਲੈਣ ਆਇਆ ਸੀ, ਕਹਿੰਦੇ ਇਹ ਬਾਤ ਪਹਿਲਾਂ ਟਿਕਟ ਲੈਣ 'ਤੇ ਵੀ ਕਹਿੰਦੇ ਸਟੂਲ 'ਤੇ ਬੈਠੂਗੀ। ਹੁਣ ਇਹਨਾਂ ਦੇ ਬੰਦੇ ਕਰਦੇ ਬਦਮਾਸ਼ੀਆਂ, ਇਹਨਾਂ ਨੇ ਹੱਥ ਵੀ ਮੇਰੇ ਉੱਪਰ ਚੱਕਿਆ। ਉਹ ਬੰਦੇ ਨੇ ਜਿਹੜਾ ਉਹਨੇ ਹੱਥ ਚੱਕਿਆ, ਜਿਹੜਾ ਲਾਲ ਕਮੀਜ਼ ਵਾਲਾ, ਇਹ ਕਹਿ ਰਿਹਾ ਜਿਹਨੂੰ ਕੰਪਲੇਂਟ ਕਰਨੀ ਆ ਕਰ ਲਓ, ਵੀ ਬਾਦਲਾਂ ਦੀ ਬੱਸ ਆ, ਤੁਸੀਂ ਸਾਡਾ ਕੀ ਵਿਗਾੜ ਲੈਣਾ। ਜੇ ਦੋਸਤੋ ਬਾਦਲਾਂ ਦੀ ਬੱਸਾਂ ਦਾ ਆਹ ਹਾਲ ਆ, ਤਾਂ ਫਿਰ ਦੋਸਤੋ ਦੇਖ ਲਓ ਗਾਹਾਂ ਕੀ ਕਰਨਗੇ ਇਹ। ਜੇ ਹਾਲੇ ਵੀ ਇਹਨਾਂ ਦੇ ਸਰਕਾਰ ਦਾ ਰਾਜ ਨਹੀਂ, ਬਦਮਾਸ਼ੀ ਕਰਦੇ ਪਏ ਆ, ਇਹ ਗਾਹਾਂ ਕੀ ਕਰਨਗੇ ਦੋਸਤੋ। ਇਹ ਬਾਦਲਾਂ ਦੇ ਕੋਲੋਂ ਇਹੀ ਉਮੀਦ ਆ, ਆਹ ਬੰਦਾ ਆ ਜਿਹਦੀ ਆਪਾਂ ਕੰਪਲੇਂਟ ਕਰਨੀ ਆ, ਇਹ ਬਾਦਲਾਂ ਦੇ ਕੋਲੋਂ ਕਰਨੀ ਆ ਕੰਪਲੇਂਟ। ਆਹ ਬਾਦਲਾਂ ਦੀ ਬੱਸ ਦਾ ਨੰਬਰ ਆ, ਆਹ ਦੇਖੋ PV03A3 27, ਆਹ ਦੇਖੋ orbitbus.in। ਇਹਨਾਂ ਦੀ ਸ਼ਰੇਆਮ ਬਦਮਾਸ਼ੀ ਚੱਲਦੀ ਹੈ, ਕਿਸੇ ਦੀ ਨਹੀਂ ਸੁਣਦੇ। ਇਹਨਾਂ ਨੂੰ ਦੱਸ ਵੀ ਦਿੱਤਾ ਕਿ ਅਸੀਂ ਤੁਹਾਡੀ ਜਿਹੜੀ ਕੰਪਲੇਂਟ ਆ ਕਿਸੇ ਕੋਲ ਕਰਾਂਗੇ। ਕਹਿੰਦੇ ਬਾਦਲਾਂ ਦੀ ਬੱਸ ਆ, ਜਿਵੇਂ ਜੋ ਖਾਣਾ ਖਾ ਲਓ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜਾਏਗੀ, ਇਹ ਸੋਸ਼ਲ ਮੀਡੀਆ 'ਤੇ ਸਾਰੇ ਪੰਜਾਬ 'ਚ ਘੁੰਮੇਗੀ। ਇਸ ਬੰਦੇ ਨੇ ਮੇਰੇ ਉੱਪਰ ਹੱਥ ਚੱਕਿਆ, ਇਹਦੇ ਉੱਪਰ ਕੰਪਲੇਂਟ ਕੀਤੀ ਜਾਏਗੀ। ਇਸ ਕਰਕੇ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਕੇ ਦੱਸ ਦਿਓ ਬਾਦਲਾਂ ਨੂੰ ਕਿ ਇਹਨਾਂ ਦੀ ਬਦਮਾਸ਼ੀ ਨਹੀਂ ਚੱਲੇਗੀ।